और पानी का रुख बनता हुआ ब्यास नदी का ये लाल टूटा लाल पुल। पानी पिछली बार की तरह तेजी से बढ़ रहा है, जो कभी भी पंडो बाजार में। हुण पंजाब दे विच भी हड़ां दा खतरा मंडराया होया। मंडी दे पंडौ डैम दे विच पानी छड्या गया, 80,000 क्यूसिक पानी छड्या गया है। ਬਿਆਸ ਦਰਿਆ ਨੱਕੋ ਨੱਕ ਭਰ ਚੁੱਕਿਆ, ਜਿਸ ਨੇ ਭਿਆਨਕ ਰੂਪ ਧਾਰ ਲਿਆ। ਡੈਮਾਂ ਦੇ ਵਿੱਚ ਪਾਣੀ ਹੁਣ ਸਟੋਰ ਨਹੀਂ ਕੀਤਾ ਜਾ ਸਕਦਾ। ਪੰਡੋ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ। ਪੰਡੋ ਡੈਮ ਤੋਂ ਪ੍ਰਤੀ ਸੈਕਿੰਡ 82,000 ਕਿਊਸਿਕ ਪਾਣੀ ਛੱਡਿਆ ਗਿਆ। ਇਸ ਤੋਂ ਪਹਿਲਾਂ ਡੈਮ ਤੋਂ 1,00,000 ਕਿਊਸਿਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਗਿਆ ਸੀ। ਇਸ ਕਾਰਨ ਨਦੀਆਂ ਦਾ ਪਾਣੀ ਪੰਜ ਵਕਤ ਮਹਾਦੇਵ ਮੰਦਰ ਤੱਕ ਪਹੁੰਚ ਗਿਆ। ਬਿਆਸ ਦਰਿਆ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਨੇ। ਜਾਣਕਾਰੀ ਮੁਤਾਬਿਕ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਰਾਮਪੁਰ ਤੋਂ ਝਾਕੜੀ ਦੇ ਵਿੱਚ ਬੱਦਲ ਫਟ ਗਿਆ। ਬੱਦਲ ਫਟਣ ਤੋਂ ਬਾਅਦ ਰਾਮਪੁਰ ਦੇ ਝਾਕੜੀ ਦੇ ਵਿੱਚ ਸਮੇਜ ਖੱਡ ਦੇ ਵਿੱਚ ਹੜ੍ਹ ਆ ਗਿਆ। ਇੱਥੇ ਕੁੱਲ 19 ਲੋਕ ਲਾਪਤਾ ਦੱਸੇ ਜਾ ਰਹੇ ਨੇ। NDRF ਦੀਆਂ ਟੀਮਾਂ ਦੇ ਵੱਲੋਂ ਇਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਔਰ ਲਗਾਤਾਰ ਇਹਨਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ਦੇ ਮਲਾਣਾ ਪਿੰਡ ਦੇ ਵਿੱਚ ਬਣੇ ਪਾਵਰ ਪ੍ਰੋਜੈਕਟ ਦਾ ਬੰਨ ਟੁੱਟ ਗਿਆ ਅਤੇ ਘਾਟੀ ਵਿੱਚ ਹੜ੍ਹ ਆ ਗਿਆ। ਅੱਧੀ ਰਾਤ ਨੂੰ ਪਏ ਮੀਂਹ ਕਾਰਨ ਬਿਆਸ ਦਰਿਆ ਵੀ ਉਛਲ ਗਿਆ ਅਤੇ ਇਹ ਮਨਾਲੀ ਸ਼ਹਿਰ ਦੇ ਨੇੜੇ ਬਿਆਸ ਦਰਿਆ ਆਪਣਾ ਰੁੱਖ ਬਦਲ ਕੇ ਹਾਈਵੇ 'ਤੇ ਵਹਿਣ ਲੱਗ ਪਿਆ। ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਕਈ ਥਾਵਾਂ 'ਤੇ ਬੰਦ ਹੈ। ਫਿਲਹਾਲ ਪਾਰਵਤੀ ਨਦੀ ਦੇ ਵਿੱਚ ਭਾਰੀ ਹੜ੍ਹ ਆਉਣ ਕਾਰਨ ਪੁੱਤਰ ਆਸ ਪਾਸ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ਿਮਲਾ ਦੇ ਰਾਮਪੁਰ ਦੇ ਵਿੱਚ ਸਮੇਜ ਖੱਡ ਦੇ ਵਿੱਚ ਬੱਦਲ ਫਟਣ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਦੇ ਵਿੱਚ 20 ਤੋਂ 25 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਜੋ ਪਾਣੀ ਡੈਮ ਦੇ ਵਿੱਚ ਆ ਰਿਹਾ ਉਸ ਨੂੰ ਅੱਗੇ ਨਦੀਆਂ ਦੇ ਵਿੱਚ ਛੱਡਿਆ ਜਾ ਰਿਹਾ। ਨਮਸਕਾਰ, ਮੈਂ ਨੀਰਜ ਕੁਮਾਰ, ਮਾਂ ਬਗਲਾ ਮੁਖੀ ਟੈਕਸੀ ਆਪਰੇਟਰ ਐਸੋਸੀਏਸ਼ਨ ਪੰਡੋ। ਜੈਸਾ ਕਿ ਆਜ ਕੇ ਦਿਨ ਗਵਰਨਮੈਂਟ ਨੇ ਜੋ ਹਮਾਰਾ NH ਮੰਡੀ ਵਾਲਾ ਬੰਦ ਕੀਆ ਹੋ, ਕਿਸ ਕਾਰਨ ਬੰਦ ਕੀਆ ਹਮੇ ਪਤਾ ਨਹੀਂ ਚੀਜ਼ ਕੇ ਬਾਰੇ। ਬਾਕੀ ਐਸਾ ਤੋ ਹੈ ਨਹੀਂ ਬਈ, ਇਤਨੀ ਜ਼ਿਆਦਾ ਬਰਸਾਤ ਹੋਈ ਹੈ, ਕਹੀਂ ਰੋਡ ਬਹਿ ਗਿਆ ਹੋ, ਐਸਾ ਕੁਛ ਵੀ ਨਹੀਂ ਹੈ। ਬਰਸਾਤ ਅਭੀ ਇਤਨੀ ਜ਼ਿਆਦਾ ਹੋਈ ਨਹੀਂ ਹੈ, ਅਭੀ ਇਹ ਪਤਾ ਨਹੀਂ ਕਿਸ ਕਾਰਨ ਬੰਦ ਕੀਆ ਗਿਆ, ਕਿਉਂ ਬੰਦ ਕੀਆ, ਇਸ ਚੀਜ਼ ਕੇ ਬਾਰੇ ਮੈਂ ਹਮੇ ਪਤਾ ਨਹੀਂ ਹੈ। 3-4 ਦਿਨ ਕੇ ਲੀਏ ਯੇ ਰੋਡ ਇਸੀ ਤਰ੍ਹਾਂ 2-2 ਘੰਟੇ ਬੰਦ ਰਹੇਗਾ। तो हम ये चाहते हैं कि इसको या तो सुचारू रूप से सही ढंग से चालू किया जाए या तो फिर 1 हफ्ते के लिए इसको पूरा बंद कर दीजिए, ताकि पब्लिक को पता चल सके कि रोड यहीं से है, वो रोड है। इससे पब्लिक परेशान हो रही है, पब्लिक को पहले पता तो होना चाहिए कि किस कारण इसको बंद किया गया है। गर्मी मौसम साफ है, तो हम तो यही सरकार से गुहार करते हैं कि या तो इसको पूर्ण रूप से चालू किया जाए या तो फिर बाय डाइवर्ट किया जाए। बाय गोर, धन्यवाद।